ਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ। ਹੁਣ ਅਸੀਂ ਮੋਟਰ ਪਰ ਥੋੜ੍ਹਾ ਥੋੜ੍ਹਾ ਕਰਕੇ ਸਮਾਨ ਢੋਣ ਲੱਗ ਗਏ। ਸਾਡਾ ਤੀਆ ਗੇੜਾ ਅੱਜ, ਇਹ ਮੁੰਡੇ ਮੇਰੇ ਨਾਲ ਲੱਗੇ ਹੋਏ ਆ ਅਤੇ ਸ਼ਾਮ ਨੂੰ ਅਸੀਂ ਅੱਜ ਫਿਲਮ ਵੀ ਦੇਖਣ ਜਾਣਾ। ਕਿਹੜੀ ਲੱਗੀ ਆਪਣਾ ਰੋਪੜ? 420 ਮੂਵੀ ਲੱਗੀ ਆ ਅਤੇ ਸ਼ਾਮ ਨੂੰ ਅਸੀਂ ਫਿਲਮ ਦੇਖਣ ਜਾਣਾ। ਹੁਣ ਲਾਓ ਯਾਰ, ਫਿਰ ਬੈਠੋ ਨਾ, ਮੈਂ ਪਾਣੀ ਚੱਕਦਾ ਯਾਰ। ਅੱਜ ਮੇਰਾ ਦੇਖੋ, ਮੇਰੇ ਤਾਂ ਦੇਖ ਕੱਪੜਿਆਂ ਦਾ ਪੂਰਾ ਨਾਸ ਵੱਜਿਆ ਹੋਇਆ ਅੱਜ। ਆਹ ਦੇਖੋ, ਚਾਰੇ ਪਾਸੇ ਕੱਪੜੇ ਲੱਭੜੇ ਪਏ, ਬੁਰਾ ਹਾਲ, ਬੰਕੇ ਦਿਹਾੜੇ। ਵਾਹ ਵੀ ਵਾਹ, ਉਹ ਦੇਖੀ ਤੇ ਫੜ ਲੈ ਮੁੰਡੇ ਜੀ, ਇੱਕ ਸਾਈਡ 'ਚ ਫਸ ਗਿਆ, ਥੱਲੇ ਉਤਰਿਆ, ਤੋੜਨ ਲਿਓ। ਮੈਂ ਕਿਹਾ ਉਹ ਲਓ, ਮੈਂ ਚਾਬੀ ਕੱਢ ਲੈਣਾ ਜੀ। ਵਜਨ ਤਾਂ ਨਹੀਂ ਹੈਗਾ ਨਿੰਮੇ? ਇਹ ਲੈ ਕੇ ਚੱਲੇ ਵੀ ਅਸੀਂ ਬੈਠਣ ਵਾਸਤੇ, ਇਹਦੇ ਪਰ ਬੈਠੇ ਕਰਾਂਗੇ ਫਿਰ ਵਿਹਲੇ ਟਾਈਮ ਦੇ ਵਿੱਚ ਨਾ। ਵੀ ਮੇਰੇ ਕੋਲ ਘਰਾਂ ਕੱਦਾ ਪਿਆ ਸੀ ਮੇਰੇ ਕੋਲ, ਇਹ ਮੇਰੇ ਦਿਮਾਗ ਵਿੱਚ ਇਹ ਪਲੈਨਿੰਗ ਚੱਲ ਰਹੀ ਸੀ ਕਦੇ ਪਹਿਲਾਂ ਦੀ ਉਹ, ਵੀ ਇਹਨੂੰ ਮੈਂ ਉੱਥੇ ਮੋਟਰ ਪਰ ਲੈ ਕੇ ਜਾਊਂਗਾ ਜਿੱਦਾਂ ਬਣ ਗਿਆ ਨਾ ਆਪਣਾ ਇਹ ਫਾਰਮ ਹਾਊਸ, ਇੱਥੇ ਇਹ ਉੱਥੇ ਲਾਉਣਾ ਆਪਾਂ ਨੇ ਲਿਜਾ ਕੇ। ਪਾਣੀ ਠੰਡਾ, ਮਿਸਤਰੀ ਹੁਣ ਛੁੱਟੀ ਕਰਕੇ ਚਲੀ ਗਏ ਆ। ਮਿਸਤਰੀ 1:00 ਦਿੰਦਾ, ਮਿਸਤਰੀ ਛੁੱਟੀ ਕਰਕੇ ਚੱਲੀ ਆ ਸਾਡਾ ਇੱਥੇ। ਹੁਣ ਸਵੇਰ ਦੇ ਲੱਗਿਆ 8-9 ਗੇੜੇ ਲਾਏ ਅਸੀਂ ਇੱਥੇ ਅੱਜ, ਬੁਰੇ ਹਾਲ। ਨਿੰਮਾ ਬਾਈ ਵੀ ਲੱਗਿਆ ਹੋਇਆ ਨਾਲੇ ਸਾਡੇ, ਸੁਣੀ ਨਹੀਂ। ਹਾਂ ਮਨੇ, ਠੀਕ ਆ ਜੀ, ਠੀਕ ਹੈ। ਵਜਨ ਤਾਂ ਨਹੀਂ ਹੈ? ਓਕੇ ਹੈ, ਐਨ ਬਿਲਕੁਲ। ਨਿੰਮਾ ਜੱਟ, ਬਿੰਦੂ ਜੱਟ, ਬਿੰਦੂ ਮੈਨੂੰ ਨਾਂ ਭੁੱਲ ਜਾਂਦਾ ਉਹਦੇ। ਰੋਟੀ ਭਾਈ, ਰੋਟੀ ਦੋ ਗੱਡੀਆਂ ਜੋੜੀਆਂ, ਮੂਹਰੇ ਇੱਕ, ਮੂਹਰੇ ਇੱਕ ਗੱਡੀ। ਇੰਜਣ ਤਕੜਾ ਚਾਹੀਦਾ ਨਾ। ਹਾਂ, ਪਹਿਲਾਂ ਅਸੀਂ ਗਾਰਡਰ ਲੈ ਕੇ ਆਏ ਇੱਥੇ। ਹਾਂ, ਇਹਨੂੰ ਸੈੱਟ ਜਿਹਾ ਕਰਕੇ ਲਾ ਦਿਓ। ਹੁਣ ਮੋਟਰ ਦੇ ਮੰਦਰ ਖੜ੍ਹਾ ਅਤੇ ਆਹ ਫਿਟਿੰਗ ਲੱਗ ਗਏ ਕਰਨ। ਇੱਧਰ ਬਾਈ ਫਿਟਿੰਗ ਵਾਲਾ ਆਇਆ ਹੋਇਆ, ਆਹ ਖੜ੍ਹਾ ਬਾਈ, ਇਹ ਲੱਗਾ ਪੂਰੇ ਜ਼ੋਰਾਂ ਠੋਰਾਂ ਨਾਲ ਲੱਗਿਆ ਫਿਟਿੰਗ ਕਰਨ। ਇੱਧਰ ਆਹ ਝੀਰੀ ਮਾਰੀ, ਇੱਧਰ ਤੁਹਾਨੂੰ ਦਿਖਾਉਂਦਾ, ਇੱਧਰ ਝੀਰੀ ਮਾਰੀ। ਇੱਥੇ ਇੱਕ ਸੁੱਚ ਹੋ ਗਈ, ਇੱਕ ਇੱਧਰ ਸੁੱਚ ਲੱਗਣੀ, ਇਹ ਸਾਈਡ ਸੁੱਚ ਲੱਗਣੀ, ਤੁਹਾਨੂੰ ਬਾਹਰ ਦਾ ਵੀ ਦਿਖਾਉਂਦਾ। ਪੂਰਾ ਸਮਾਨ ਲੈਂਦਾ ਪਿਆ ਪੈਪ ਉੱਪਰ, ਬਾਈ ਨੇ ਪੂਰਾ ਜ਼ੋਰਾਂ ਨਾਲ ਲੱਗਿਆ ਹੋਇਆ। ਬਾਈ ਨੂੰ ਗਰਮੀ ਓ ਗਰਮੀ ਹੋਇਆ ਪਿਆ, ਦੇਖੋ ਬਾਈ ਇਹ। ਬਾਈ ਦੇਖਿਆ ਨੇ, ਇਹ ਹੁਣ ਦਿਖਿਆ ਬਾਈ। ਬਾਈ ਕਿਹੜਾ ਪਿੰਡ ਆਉਣਾ? ਭੋਜੇ ਮਾਚਰ ਜੀ, ਭੋਜੇ ਮਾਚਰ ਤੋਂ ਆਇਆ ਬਾਈ। ਆਹ ਪੈਪ ਲੈਂਦੇ ਪਏ ਆ। ਆਹ ਬਾਈ ਨੇ ਬਾਹਰ ਬਾਹਰ ਸਾਡੀ ਫਿਟਿੰਗ ਹੋ ਗਈ ਕਾਫੀ ਐਂ ਤਾਂ, ਅਤੇ ਇੱਧਰ ਵੀ ਉਹ ਪੂਰੇ ਚੱਲ ਰਿਹਾ ਪੂਰਾ। ਇੱਧਰ ਬਾਕੀ ਸਮਾਨ ਲੈਂਦਾ ਪਿਆ। ਆਹ ਜਿਹੜੀ ਮੇਨ ਸੁੱਚ ਉਹ ਲੱਗਣੀ ਆ, ਉਹ ਪਏ ਉੱਧਰ ਪਏ ਆ, ਜਿਹੜੇ ਵਿੱਚ ਕੀ ਕਹਿੰਦੇ ਹੁੰਦੇ ਆ ਉਹ ਲੱਗਦੇ, ਜਿਹੜੇ ਚਾਰੇ ਪਾਸੇ ਨੂੰ ਵੀ ਸਪਲਾਈ ਦਿੰਦੇ ਆਪਾਂ, ਡੱਬੀਆਂ। ਉਹ ਲਿਫਾਫੇ ਦੇ ਵਿੱਚ ਬੈਂਡ ਪਏ ਉੱਧਰ, ਤੁਹਾਨੂੰ ਮੈਂ ਤੁਹਾਨੂੰ ਬੰਦੇ ਮਿਲਾਉਂਦਾ ਉੱਧਰ। ਲੈ ਇੱਧਰ ਪੈ ਵੀ ਗਏ ਤਾਂ ਥੱਕ ਗਏ, ਗਰਮੀ ਲਾਤੀ ਕਹਿੰਦਾ ਨਿੰਮਾ ਕਹਿੰਦਾ। ਨਿੰਮਾ ਕੈਸ਼ੀਅਰ ਨਾ ਬਾਈ, ਮੈਂ ਤਾਂ ਪੈਸੇ ਨੂੰ ਹੱਥ ਨਹੀਂ ਲਾਉਂਦਾ ਹੈ, ਇਹਨੇ ਫੜ ਕੇ ਰੱਖ, ਮੈਂ ਤਾਂ ਪੈਸੇ ਨੂੰ ਬਿਲਕੁਲ ਹੱਥ ਨਹੀਂ ਲਾਉਂਦਾ, ਮੈਨੂੰ ਪੈਸੇ ਫੜਾਈ ਜਾਂਦਾ ਉੱਧਰ। ਬਾਈ ਨੂੰ ਬੁਲਾਓ, ਉਹਨੂੰ ਫੜਾ ਪੈਸੇ ਬਾਈ ਨੂੰ ਮਾਰੀਓ ਲੁੱਕਾ, ਤੇ ਬਾਈ ਦੇ ਜੋ ਉਹ ਆਇਆ ਹੋਣਾ ਬਾਈ, ਆਈ ਮਾੜਾ ਜਿਹਾ ਪੈਸੇ ਲੈ ਲਈ ਆਪਣੇ, ਕਿੰਨੇ? 800 ਰੁਪਏ ਦੇਣਾ ਯਾਰ ਤਾਂ ਉਹਨੂੰ, 800। ਹਾਂ ਫਿਰ ਆ ਫੜ, ਮੈਂ ਪੈਸੇ ਨੂੰ ਹੱਥੇ ਨਹੀਂ ਲਾਉਂਦਾ, ਆਪਣੇ ਕੋਲ ਰੱਖ। ਆਪਣੇ ਪੈਸੇ ਫੜੋ ਜੀ, ਬਾਕੀ ਜਿੱਦਣ ਤਾਰਾਂ ਪੈ ਗਈਆਂ ਜੀ ਉਦਣ ਫਿਰ ਹੈ ਜੀ। ਠੀਕ ਹੈ ਜੀ, ਖੁਸ਼ ਆ ਵੀਰੇ। ਚਲੋ ਬਾਈ, ਹੁਣ ਅਸੀਂ ਵੀ ਜਾ ਕੇ ਘਰਾਂ ਰੈਸਟ ਕਰੀਏ, ਰੋਟੀ ਪਾਣੀ ਖਾਈਏ, ਸਵੇਰ ਦੇ ਲੱਗੇ ਹੋਏ ਆ। ਜੇ ਸ਼ਾਮ ਨੂੰ ਸਾਡੇ ਨਾਲ ਫਿਲਮ ਦੇਖਣ ਜਾਣਾ ਤਾਂ ਆ ਜੀ ਬਾਈ, ਅੱਜ ਫਿਲਮ ਦੇਖਣ ਜਾਣਾ ਸੀ, ਸ਼ਾਮ ਨੂੰ ਫੋਨ ਕਰ ਲਈ, ਨੰਬਰ ਲੈ ਜਾ, ਸ਼ਾਮ ਨੂੰ ਉੱਪਰ ਜਾਣਾ ਫਿਲਮ ਦੇਖਣ, ਨਾਲ ਤੁਹਾਨੂੰ ਫਿਲਮ ਦਿਖਾ ਕੇ ਲਈ ਅੱਜ। ਹਾਂ ਮੁੰਡਿਓ, ਰੋਡੀ ਛੋਟਾ ਦੋਗੇ 3.5 ਮੀਟਰ ਦਾ ਨਾ, ਮੇਰਾ ਵੀ 3.5 ਮੀਟਰ, ਮੇਰਾ ਵੀ ਦੇਖੋ ਹੁਣ ਤਾਂ ਬੁਰਾ ਹਾਲ। ਚਲੋ ਚੱਲੀ ਫਿਰ, ਉਹ ਜਾ ਕੇ ਜੀਪ ਵੀ ਦੇਣੀ ਫਿਰ ਕਾਲੇ ਦੀ। ਚਲੋ ਵੀ ਚਲੋ ਮੁੰਡਿਓ, ਲੱਗੇ ਹੋਏ ਆ ਇੱਕ ਉਹ। ਹਾਂ ਆਹ ਲੈ ਚੱਲ ਯਾਰ, ਹੁਣ ਆਪਣੇ ਆਪ ਘਰੇ ਲੈ ਜਾਣਾ ਨਿੰਮੇ, ਆਹ ਇਹਨੂੰ ਲੈ ਜਾਓ ਬਸ। ਉਹ ਪਾਣੀ ਵਾਲੀ ਡਿੱਗੀ ਵੀ ਚੱਕ ਲਾ, ਆਹ ਗਲਾਸ ਉੱਥੇ ਚੱਕ ਕੇ ਰੱਖ ਦੇ, ਉਹ ਰੋਟੀ ਗਲਾਸ ਚੱਕ ਲਵੋਗੇ। ਘਰ ਨੂੰ ਲੈ ਚੱਲ ਨਾ, ਪਏ ਰਹਿਣ ਦੇ, ਦੋ ਬਾਕੀ ਲੈ ਗਏ ਹੈ ਨਾ, 3 ਗਲਾਸ ਰਹਿ ਗਏ ਇੱਥੇ। ਯਾਰ ਬਾਈ ਨੂੰ ਚਾਹ ਨਹੀਂ ਪਿਲਾਈ ਯਾਰ, ਐਂ ਬਾਈ 3 ਵਜੇ ਅਸੀਂ ਚਾਹ ਲੈ ਕੇ ਆਉਂਦਾ ਹੁੰਦਾ ਮੈਂ, ਜਦ ਤੱਕ ਜੇ ਇੱਥੇ ਫਿਰ ਡਿਨਰ ਟਾਈਮ ਲੱਗੇ ਜਾਣਾ, ਮੈਂ ਆਇਆ ਬਸ ਚਾਹ ਲੈ ਕੇ, ਬਸ 3 ਵਜੇ ਆਊਂਗਾ ਬਾਈ। ਮਾੜਾ ਰੈਸਟ ਕਰ ਲਵਾਂ, ਮੈਂ ਵੀ ਨਹਾ ਲਵਾਂ, ਕੱਪੜੇ ਧੋ ਲਵਾਂ ਯਾਰ ਮੈਂ ਵੀ ਜਾ ਕੇ। ਹਾਂਜੀ ਬਾਈ,
ਚੱਲ ਮੈਂ ਚਾਹ ਤਾਂ ਮੈਂ ਲੈ ਕੇ ਆਊਂਗਾ, ਵੈਸੇ ਚਾਹ ਤਾਂ ਮੈਂ ਲੈ ਕੇ ਆਊਂਗਾ ਮੈਂ। ਪਰ ਬਾਈ ਤਾਂ ਦੇਖੋ ਅੱਜ ਬਾਈ ਆਇਆ ਹੋਇਆ ਆਪਣੇ, ਇਹ ਬਾਈ 12 ਕੁ ਵਜੇ ਆ ਗਿਆ ਸੀ ਅਤੇ ਚਾਹ ਨਹੀਂ ਪਿਲਾ ਹੋਈ ਹੈਗੀ ਮੈਨੂੰ। ਉਹ ਮੁੰਡੇ ਉੱਧਰ ਲੰਘ ਪਰਲੇ ਪਾਸੇ, ਮੈਂ ਜਾਵਾਂ ਭੱਜੀ ਉਹਨਾਂ ਕੋਲ। ਅੱਜ ਵੀ ਆ ਜਾਓ ਛੇਤੀ ਆ ਜਾਓ। ਅਸੀਂ ਵੀ ਅੱਜ ਜੀਪ ਲੈ ਕੇ ਆਏ ਹੋਏ, ਅੱਜ ਜੀਪ 'ਚ ਇੱਕ ਦੋ ਗੇੜੇ ਲਾਏ ਆ ਸਮਾਨ ਦਾ, ਜੋ ਲਿਆਉਣਾ ਤਾਂ ਪੋਟਾ ਲੈ ਕੇ। ਬੈਠੋ ਵੀ ਬੈਠੋ ਮੁੰਡਿਓ, ਬੈਠੋ ਬੈਠ ਗਏ ਬਾਈ। ਚੱਲੀਏ ਫਿਰ, ਮਾਰੀ ਸਲਫ ਜੀਪ ਦੀ। ਨਿੰਮਾ ਚਲਾ ਲਵੇ, ਨਿੰਮਾ ਚਲਾਉਣਾ, ਨਿੰਮਾ ਚਲਾ ਲਵੇ ਯਾਰ। ਚੱਲੀਏ ਮੁੰਡਿਓ ਫਿਰ, ਚਲੋ ਜੀ ਚਲੋ ਯਾਰ, ਚੱਲੀਏ ਹਾਂਜੀ ਮੈਂ ਆ ਰਿਹਾ ਵਿੱਚ। ਚਲੋ ਵੀ ਚਲੋ, ਖਿੱਚ ਕੇ ਰੱਖੋ ਵੀ, ਖਿੱਚ ਕੇ ਬੰਦ ਕਰ ਦਿਓ ਥੋੜ੍ਹੀ ਜਿਹੀ। ਨਿੰਮਾ ਠੀਕ ਆ ਬਾਈ, ਦੇਖ ਤੈਨੂੰ ਆ ਵੀ ਸੀ ਚੱਲਦਾ। ਹਾਂ ਹਾਂ ਏ ਸੀ ਜੀ। ਅਸੀਂ ਪਿੱਛੇ ਖੜਾਤੀ ਆ ਅਤੇ ਹੁਣ ਅਸੀਂ ਚੱਲੇ ਘਰ ਨੂੰ। ਡੋਲੀ ਗੁਰੂ ਕੋਲ ਫੜੀ ਹੋਈ ਹੈ ਅਤੇ ਅੱਜ ਸ਼ਾਮ ਦਾ ਪ੍ਰੋਗਰਾਮ ਬਣਿਆ ਫਿਲਮ ਦੇਖਣ ਦਾ, ਕਿ ਮੁੰਡੇ ਥੱਕ ਗਏ ਅੱਜ ਬੜਾ। ਅਸੀਂ ਕੰਮ ਕਰਿਆ, ਕਿੰਨਾ ਕੰਮ ਕਰਿਆ ਅੱਜ ਸਵੇਰ ਦੇ, ਕਿੰਨੇ ਗੇੜੇ ਲੈ ਕੇ ਥੱਕੇ ਤਾਂ ਨਹੀਂ ਹੈ ਜ਼ਿਆਦਾ? ਦਸ ਗੇੜੇ ਲਾ ਦਿੱਤੇ। ਹਾਂ, ਨਿੰਮਾ ਸਭ ਤੋਂ ਵੱਧ ਥੱਕਿਆ ਹੋਇਆ। ਸ਼ਾਮ ਨੂੰ ਮੈਨੂੰ ਪਾਰਟੀ ਵੀ ਕਰਨੀ ਫਿਰ ਅੱਜ, ਅਤੇ ਗਰਮੀ ਕਾਹਦੇ ਮੰਨਦਾ ਤੂੰ? ਨਿੰਮਾ ਗਰਮੀ ਕਾਹਦੇ ਮੰਨਦਾ ਇੰਨੀ ਬਾਈ? ਗਰਮੀ ਆਉਂਦੀ, ਗਰਮ ਇਲਾਕਾ ਏ, ਗਰਮ ਇਲਾਕਾ ਫਿਰਦੇ ਆ। ਬਰਫ ਪਾਓ, ਉਹਦੀ ਹਵਾ ਮਾਰੋ ਕੱਢ ਕੇ ਬਾਹਰ, ਠੰਡੀ ਠੰਡੀ ਫੂਦੇ, ਕਿੰਨੀ ਠੰਡੀ ਠੰਡੀ ਹਵਾ ਲੱਗੂ। ਫਰਿੱਜ ਚ ਵੜ ਜਾਓ ਨਹੀਂ। ਹੁਣ ਚੱਲੇ ਘਰ ਨੂੰ ਚੱਲੇ, ਇੱਧਰ ਆਹ ਕਮਾਦ ਆ ਇਹਦੇ ਪਿਛਲੇ ਪਾਸੇ, ਉਹ ਸਾਹਮਣੇ ਬੰਤ ਬਾਈ ਦਾ ਘਰ ਆ ਗਿਆ ਆਪਣੇ ਇੱਥੇ। ਉਹ ਕਾਲੇ ਦੇ ਘਰ ਕੋਲ ਤਾਂ ਆਏ ਸੀ ਤੁਰ ਕੇ ਪਿੱਛੇ, ਤਾਂ
ਤੇ ਇੱਧਰ ਸਾਹਮਣੇ ਉਹ ਉੱਥੇ ਜੇ ਨਿੰਮੇ ਦਾ ਘਰ ਉਹਦੇ ਪਰਲੇ ਪਾਸੇ ਮੇਰਾ ਘਰ। ਚਲੋ ਵੀਡੀਓ ਬੰਦ ਕਰ ਲਈ ਫਿਰ ਇੱਥੇ ਅੱਜ ਦੀ ਕਰ ਬੰਬ ਅੱਜ ਕਰੀ ਬੰਬ ਨਿੰਮੇ ਰੋਟੀ ਤੇ ਕਰਾ ਦੀ ਚੱਲ ਨਿੰਮੇ ਆਮਨੇ ਤੂੰ ਕਰ। ਚਲੋ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣਾ। ਮਿਲਦੇ ਕਿਸੇ ਅਗਲੀ ਵੀਡੀਓ ਦੇ ਵਿੱਚ।